हाँ जी पशुपल वीर सारों सत श्रीकाल जी। सो गर्मी बहुत ज्यादा वध चुकी है जी। अज दा जिहड़ा अपना विशा है मुख विशा हैगा हरे चारे दे जहरीले तत्तां बारे, और कुछ गल्लां आपां होर भी करांगे जो मौसम दे हिसाब नाल करनी जरूरी है। हरे चारे दे जहरीले तत्तां बारे इस तरह है भी अचानक ये विशा मेरे ध्यान च आया क्योंकि ये समय की जरूरत है। हो इस तरह भी कुछ दिन पहला साढ़े इत्थे एक लोकल गौशाला दे विच दो गावां दी अचानक मौत हो गई सी, और जो असीं पहुंचे इलाज करन तो पहला पहला एक जिहड़ा बच्चा सीगा उहदी भी मौत हो गई सीगी। इहदे विच की सी वी पशुआं दे विच लालां डिग रहीआं सीगीआं, झग जी बणी हुई सी मूंह दे विच, और पशु इस तरह खड़े सी जिस तरह पशु नूं बहुत दर्द हो रहा होवे। अक्खां पशु दीआं बड़ीआं मतलब कि जिहनूं कहिंदे जिवें स्टिल जिहा हो जांदी है ना, एकदम जाम जिहा हो जांदी है, इदां होईआं हुईआं। और जिहड़े पशु सीगे अचानक गिरदे सी ते इहनां दी मौत हो जांदी सी, और तुरंत साडी माहरां दी टीम ने साडी वैटनरी पॉलीक्लिनिक पटियाला दी टीम ने इह जिहड़े चारे दे सैंपल सी उह टैसट कीते। तां टैसट दे दौरान सानूं इह पता लग्गिआ वी जिहड़ी नाइट्रेट कॉन्टेंट है चारे दा, जिहड़ा नाइट्रेट दा पद्धर है ਉਹ ਬਹੁਤ ਜ਼ਿਆਦਾ ਵਧਿਆ ਹੋਇਆ। ਨਾਈਟ੍ਰੇਟ ਪੰਜਾਬ ਦੇ ਵਿੱਚ ਜ਼ਿਆਦਾ ਗਰਮੀ ਸੁੱਕੀ ਗਰਮੀ ਜਿਹੜੀ ਪੈਂਦੀ ਹੈ, ਹੁਣ ਅੱਜ ਕੱਲ੍ਹ ਜਿਵੇਂ ਸੁੱਕੀ ਗਰਮੀ ਪੈ ਰਹੀ ਹੈ ਅਤੇ ਉਹ ਮੌਸਮ ਜਦੋਂ ਧੁੰਦਾਂ ਬਹੁਤ ਜ਼ਿਆਦਾ ਪੈਂਦੀ ਹੈ ਸੂਰਜ ਨਹੀਂ ਨਿਕਲਦਾ, ਇੱਕ ਆਮ ਜ਼ਹਿਰ ਹੈ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹਦੇ ਨਾਲ ਨੁਕਸਾਨ ਹੁੰਦਾ। ਪਿੱਛੇ ਜੇ ਤੁਸੀਂ ਦੇਖਿਆ ਹੋਊਗਾ ਵੀ ਚਿਹੇੜੂ ਕੋਲੇ ਵੀ ਕੁਛ ਮੱਝਾਂ ਦੀ ਮੌਤ ਹੋਈ ਸੀ, ਬੜਾ ਹੀ ਮਾੜਾ ਹੋਇਆ ਸੀ, ਕਾਫੀ ਜ਼ਿਆਦਾ ਆਰਥਿਕ ਨੁਕਸਾਨ ਹੋਇਆ ਸੀ ਜਿਹੜਾ ਪਸ਼ੂ ਪਾਲਕ ਸੀ ਉਹਦੇ ਵਿੱਚ ਵੀ। ਬਹੁਤ ਸਾਰੇ ਮਾਹਰ ਕਹਿੰਦੇ ਸੀ ਵੀ ਨਾਈਟ੍ਰੇਟ ਜਿਹੜੀ ਹੈਗੀ ਉਹਦਾ ਇੱਕ ਯੋਗਦਾਨ ਸੀ। ਬਹੁਤ ਸਾਰੇ ਲੋਕ ਇਹਦੇ ਬਾਰੇ ਗੱਲ ਕਰਦੇ ਆ ਪਰ ਪਸ਼ੂ ਪਾਲਕ ਕਿਤੇ ਨਾ ਕਿਤੇ ਅੱਜ ਇਹਦੇ ਬਾਰੇ ਬਹੁਤ ਅਣਜਾਣ ਨੇ, ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ। ਦੂਜੀ ਗੱਲ ਕੀ ਹੈ, ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰਾਂ ਚ ਪਸ਼ੂ ਪਾਲਕ ਨੇ ਇਹ ਸਮੱਸਿਆ ਨੂੰ ਸਮਝਣ ਦੀ ਲੋੜ ਹੈ। ਜਿਹੜੇ ਸ਼ਹਿਰਾਂ ਦੇ ਵਿੱਚ ਪਸ਼ੂ ਪਾਲਕ ਨੇ, ਸ਼ਹਿਰਾਂ ਵਿੱਚ ਜਿਹੜੇ ਪਸ਼ੂ ਪਾਲਕ ਨੇ ਉੱਥੇ ਕੀ ਹੁੰਦਾ ਵੀ ਜਿਹੜਾ ਚਾਰਾ ਹੁੰਦਾ ਟਾਲਾਂ ਤੋਂ ਬਹੁਤ ਸਾਰਾ ਲਿਆ ਜਾਂਦਾ ਜਾਂ ਟਾਲਾਂ ਵਾਲੇ ਚਾਰਾ ਸਪਲਾਈ ਕਰਦੇ ਆ, ਔਰ ਜਿਹੜੇ ਟਾਲਾਂ ਵਾਲੇ ਚਾਰਾ ਸਪਲਾਈ ਕਰਦੇ ਆ ਅਕਸਰ ਉਹਨਾਂ ਦਾ ਇਹ ਇੰਟਰਸਟ ਹੁੰਦਾ ਬਹੁਤ ਸਾਰੇ ਲੋਕਾਂ ਦਾ ਵੀ ਚਾਰਾ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਜਿਹੜਾ ਹੈਗਾ ਭਾਵੇਂ ਕਿਸੇ ਗਊਸ਼ਾਲਾ ਨੂੰ ਸਪਲਾਈ ਕਰਨਾ ਭਾਵੇਂ ਕਿਸੇ ਡੇਅਰੀ ਫਾਰਮ ਨੂੰ ਸਪਲਾਈ ਕਰਨਾ, ਔਰ ਉਹਨੂੰ ਵੱਧ ਤੋਂ ਵੱਧ ਮਾਤਰਾ ਚ ਜੋ ਸਪਲਾਈ ਕੀਤਾ ਜਾਵੇ ਉਹਦੇ ਵਾਸਤੇ ਕੀ ਹੈ ਵੀ ਅਕਸਰ ਯੂਰੀਆ ਜਾਂ ਦੇਸੀ ਰੂੜੀ ਦੀ ਖਾਦ ਹੈ ਬਹੁਤ ਜ਼ਿਆਦਾ ਮਾਤਰਾ ਚ ਪਾਈ ਜਾਂਦੀ ਹੈ, ਔਰ ਯੂਰੀਆ ਜਾਂ ਦੇਸੀ ਰੂੜੀ ਦੀ ਖਾਦ ਹੈ ਜਿਹੜੀ ਜ਼ਿਆਦਾ ਮਾਤਰਾ ਚ ਪਾਉਣ ਨਾਲ ਇਹ ਇੱਕ ਮੇਨ ਕਾਰਨ ਹੈ। ਦੇਖੋ ਜਿਹੜਾ ਨਾਈਟ੍ਰੇਟ ਹੈ ਇਹਦੇ ਵਿੱਚ ਕੀ ਹੁੰਦਾ, ਜਦੋਂ ਅੱਜ ਕੱਲ੍ਹ ਸੁੱਕੀ ਗਰਮੀ ਪੈਂਦੀ ਹੈ ਪਸ਼ੂਆਂ ਦੇ ਵਿੱਚ ਜਾਂ ਪੱਠਿਆਂ ਦੇ ਵਿੱਚ ਜਦੋਂ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਨਾਈਟ੍ਰੇਟ ਜਿਹੜਾ ਹੈਗਾ ਪਸ਼ੂ ਜਿਹੜਾ ਪੱਠਾ ਹੈਗਾ ਪੱਠਿਆਂ ਦਾ ਜਿਹੜਾ ਥੱਲੜਾ ਹਿੱਸਾ ਹੁੰਦਾ ਇੱਕ ਡੇਢ ਫੁੱਟ ਦਾ ਉਹ ਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਔਰ ਜਿਹੜਾ ਜ਼ਮੀਨ ਤੋਂ ਲੈ ਕੇ ਇੱਕ ਫੁੱਟ ਡੇਢ ਫੁੱਟ ਤੱਕ ਦਾ ਹਿੱਸਾ ਜਿੱਥੋਂ ਪੱਤਾ ਸ਼ੁਰੂ ਹੁੰਦਾ ਹੈਗਾ ਭਾਵੇਂ ਸਾਡੀ ਮੱਕੀ ਹੈ ਭਾਵੇਂ ਚਰੀ ਹੈ ਭਾਵੇਂ ਬਾਜਰਾ ਜਿਹੜੀ ਇਹ ਚਾਰੇ ਸਾਡੇ ਹੈਗੇ, ਔਰ ਇਹਨਾਂ ਦੇ ਵਿੱਚ ਜਿਹੜਾ ਥੱਲੜਾ ਹਿੱਸਾ ਟਾਂਡੇ ਦਾ ਥੱਲੜਾ ਹਿੱਸਾ ਹੁੰਦਾ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ, ਔਰ ਇਹਦੇ ਵਾਸਤੇ ਅਸੀਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਵੀ ਜਿੰਨੇ ਵੀ ਜਿਹੜੇ ਪਸ਼ੂ ਪਾਲਕ ਨੇ ਸਾਡੇ ਛੋਟੇ ਪਸ਼ੂ ਪਾਲਕ ਨੇ ਜਿਹੜੇ ਚਾਰਾ ਮੁੱਲ ਲੈਂਦੇ ਆ ਜਾਂ ਫਿਰ ਜਿਹੜੇ ਗਊਸ਼ਾਲਾ ਵਾਲੇ ਆ ਸਾਡੇ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਟਾਲਾਂ ਤੋਂ ਗਊਸ਼ਾਲਾ ਦੇ ਬਾਹਰ ਟਾਲਾਂ ਤੋਂ ਚਾਰਾ ਮੁੱਲ ਲੈ ਕੇ ਜਿਹੜੇ ਹੈਗੇ ਗਊਸ਼ਾਲਾ ਦੇ ਵਿੱਚ ਗਊਆਂ ਨੂੰ ਪਾ ਕੇ ਆਉਂਦੇ ਆ, ਕਿਉਂਕਿ ਜਿੱਥੇ ਜ਼ਿਆਦਾ ਪਸ਼ੂ ਹੋਣਗੇ ਔਰ ਚਾਰਾ ਬਾਹਰੋਂ ਆਏਗਾ ਹਰਾ ਚਾਰਾ ਉੱਥੇ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਿਹੜਾ ਹੈਗਾ ਚਾਰੇ ਦਾ ਨਾਈਟ੍ਰੇਟ ਦਾ ਜ਼ਹਿਰਵਾਦ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ। ਸੋ ਇਹ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕੁਛ ਸਾਲ ਪਹਿਲਾਂ ਵੀ ਸਾਡੇ ਪਟਿਆਲੇ ਇੱਕ ਗਊਸ਼ਾਲਾ ਦੇ ਵਿੱਚ ਬਹੁਤ ਸਾਰੀਆਂ ਗਾਵਾਂ ਲਗਭਗ 40 ਦੇ ਕਰੀਬ ਗਾਵਾਂ ਇੱਕ ਰਾਤ ਦੇ ਵਿੱਚ ਹੀ ਮਰ ਗਈਆਂ ਸੀਗੀਆਂ। ਸੋ ਇਸ ਕਰਕੇ ਮੈਂ ਪਹਿਲਾਂ ਤਾਂ ਇਹ ਕਹੂੰਗਾ ਵੀ ਇਹ ਸਮੱਸਿਆ ਨੂੰ ਸਮਝਣ ਦੀ ਲੋੜ ਹੈ, ਔਰ ਸਮਝ ਕੇ ਤੁਸੀਂ ਇਹ ਗੱਲ ਵਿੱਚ ਮੇਨ ਸਮਝਣ ਦੀ ਗੱਲ ਹੈ ਵੀ ਅਸੀਂ ਜਿਹੜਾ ਯੂਰੀਆ ਤੇ ਦੇਸੀ ਰੂੜੀ ਹੈ ਉਹਦੀ ਅੱਖਾਂ ਵਿੱਚ ਕੇ ਵਰਤੋਂ ਨਹੀਂ ਕਰਨੀ ਹੈਗੀ, ਕਿਉਂਕਿ ਜਿਹੜੇ ਸਾਡੇ ਚਾਰੇ ਹੁੰਦੇ ਆ ਜਿੰਨੀ ਅਸੀਂ ਨਾਈਟ੍ਰੋਜਨ ਜ਼ਿਆਦਾ ਪਾਈ ਜਾਵਾਂਗੇ ਜਿੰਨਾ ਨਾਈਟ੍ਰੇਟ ਵਧੀ ਜਾਏਗਾ ਔਰ ਜਿੰਨਾ ਸੋਕਾ ਹੋਏਗਾ ਜਾਂ ਜਿੰਨੀ ਪਾਣੀ ਦੀ ਘਾਟ ਹੋਏਗੀ
ਉਹਨਾਂ ਨਾਈਟ੍ਰੇਟ ਜਿਹੜਾ ਹੈਗਾ ਪੱਠਿਆਂ 'ਚ ਜ਼ਿਆਦਾ ਜਮ੍ਹਾਂ ਹੋ ਜਾਏਗਾ। ਜਿਹੜੇ ਜੁਗਾਲੀ ਕਰਨ ਵਾਲੇ ਪਸ਼ੂ ਨੇ ਆਪਣੇ ਮੱਝਾਂ ਗਾਵਾਂ ਭੇਡਾਂ ਅਤੇ ਬੱਕਰੀਆਂ ਇਹਨਾਂ ਦੇ ਵਿੱਚ ਜਾ ਕੇ ਕੀ ਹੁੰਦਾ ਵੀ ਨਾਈਟ੍ਰੇਟ ਜਿਹੜਾ ਹੁੰਦਾ ਹੈ ਪੇਟ ਦੇ ਵਿੱਚ ਜਾ ਕੇ ਜਿਹੜੀ ਇਹਨਾਂ ਦੀ ਉਜਰੀ ਹੁੰਦੀ ਹੈ ਜਾਂ ਜਿਹਨੂੰ ਅਸੀਂ ਰਿਊਮਨ ਕਹਿ ਦਿੰਦੇ ਹਾਂ ਜਾਂ ਪਹਿਲਾਂ ਵੱਡਾ ਪੇਟ ਹੁੰਦਾ ਉਹਦੇ ਵਿੱਚ ਨਾਈਟ੍ਰੇਟ ਜਾ ਕੇ ਨਾਈਟ੍ਰਾਈਟ ਦੇ ਵਿੱਚ ਬਦਲ ਜਾਂਦਾ ਜਿਹੜਾ ਕਿ 10 ਗੁਣਾ ਜ਼ਿਆਦਾ ਜ਼ਹਿਰੀਲਾ ਹੁੰਦਾ ਨਾਈਟ੍ਰੇਟ ਨਾਲੋਂ ਔਰ ਉਹ ਉਦੋਂ ਬਾਅਦ ਮੂਹਣੀਆਂ 'ਚ ਬਦਲ ਜਾਂਦਾ ਔਰ ਉਸ ਕਰਕੇ ਪਸ਼ੂ ਨੂੰ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ ਲਾਲਾਂ ਗਿਰਦੀਆਂ ਔਰ ਪਸ਼ੂ ਦੀਆਂ ਨਾੜਾਂ ਫੁੱਲ ਜਾਂਦੀਆਂ ਔਰ ਪਸ਼ੂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਮੈਂ ਦੇਖੇ ਬੜੀ ਦਰਦਨਾਕ ਪਸ਼ੂ ਦੀ ਮੌਤ ਹੁੰਦੀ ਹੈ ਇਹਦੇ ਵਿੱਚ। ਸੋ ਪਹਿਲੀ ਗੱਲ ਤਾਂ ਇਹ ਹੀ ਅਸੀਂ ਧਿਆਨ ਰੱਖੀਏ। ਦੂਜੀ ਗੱਲ ਇਹ ਹੈ ਵੀ ਜਿਹੜੇ ਜਗ੍ਹਾ ਤੇ ਕੋਈ ਵੀ ਨਾਲਾ ਨੇੜਿਓਂ ਲੰਘਦਾ ਨਾਲੇ ਦਾ ਗੰਦਾ ਪਾਣੀ ਜਾਂ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਕਿਤੇ ਖੇਤਾਂ ਨੂੰ ਲੱਗਦਾ ਕਿਉਂਕਿ ਸੀਵਰੇਜ ਦੇ ਪਾਣੀ ਦੇ ਵਿੱਚ ਵੀ ਨਾਈਟ੍ਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਮੈਂ ਬਹੁਤ ਜਗ੍ਹਾ ਦੇਖਿਆ ਵੀ ਜਿੱਥੇ ਸੀਵਰੇਜ ਦੇ ਪਾਣੀ ਦਾ ਨਿਕਾਸ ਖੇਤਾਂ ਦੇ ਨੇੜੇ ਹੈ ਉੱਥੇ ਅਕਸਰ ਨਾਈਟ੍ਰੇਟ ਦਾ ਪੱਧਰ ਪੱਠਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਜਦੋਂ 2000 PPM ਅਸੀਂ ਕਹਿੰਦੇ 2000 PPM ਤੋਂ ਜ਼ਿਆਦਾ ਨਾਈਟ੍ਰੇਟ ਦਾ ਪੱਧਰ ਇਹਦੇ ਵਿੱਚ ਪਹੁੰਚ ਜਾਂਦਾ ਹੈਗਾ ਪੱਠਿਆਂ ਦੇ ਵਿੱਚ ਉਦੋਂ ਬਾਅਦ ਇਹ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ। ਔਰ ਦੂਜੀ ਗੱਲ ਹੈ ਜਿੱਥੇ ਤੱਕ ਇਲਾਜ ਦਾ ਹੈਗਾ ਅਸੀਂ ਇਹੀ ਕਹਿੰਦੇ ਹਾਂ ਵੀ ਤੁਰੰਤ ਜਦੋਂ ਕੋਈ ਇੱਦਾਂ ਦਾ ਹੁੰਦਾ ਅੱਜ ਕੱਲ੍ਹ ਤਾਂ ਤੁਸੀਂ ਕਿਉਂਕਿ ਬੁਖਾਰ ਇਹਦੇ ਵਿੱਚ ਬਿਮਾਰੀ 'ਚ ਨਾ ਮਾਤਰ ਹੁੰਦਾ 101 ਜਾਂ 102 ਬੁਖਾਰ ਹੁੰਦਾ ਔਰ ਬਹੁਤੇ ਵਾਰੀ ਬੁਖਾਰ ਡਾਊਨ ਵੀ ਹੋ ਜਾਂਦਾ ਹੈਗਾ ਟੈਂਪਰੇਚਰ ਲੋਅ ਹੋ ਜਾਂਦਾ ਜਿਹਨੂੰ ਕਹਿੰਦੇ ਆ। ਔਰ ਬਹੁਤ ਵਾਰੀ ਮੈਂ ਇਹ ਕਹੂੰਗਾ ਵੀ ਜਦੋਂ ਵੀ ਇੱਦਾਂ ਦੀ ਸਮੱਸਿਆ ਆਉਂਦੀ ਹੈ ਤੁਸੀਂ ਤੁਰੰਤ ਨਜ਼ਦੀਕੀ ਜਿਹੜਾ ਪਸ਼ੂ ਪਾਲਣ ਵਿਭਾਗ ਦਾ ਮਾਹਰ ਆ ਉਹਦੇ ਨਾਲ ਸੰਪਰਕ ਕਰੋ। ਸਾਡੀਆਂ ਅਸੀਂ ਐਮਰਜੈਂਸੀ ਸੇਵਾਵਾਂ ਵਾਸਤੇ 24 ਘੰਟੇ ਅਸੀਂ ਹਾਜ਼ਰ ਹੈ। ਇਹ ਵੀ ਜਿਹੜਾ ਹਾਦਸਾ ਹੋਇਆ ਉਸ ਦਿਨ ਵੀ ਐਤਵਾਰ ਸੀ ਔਰ ਐਤਵਾਰ ਨੂੰ ਤਕਰੀਬਨ ਸਾਨੂੰ 5 ਵਜੇ ਸੂਚਨਾ ਦਿੱਤੀ ਗਈ ਔਰ 5:30 ਵਜੇ ਤੱਕ ਸਾਡੀ ਜਿਹੜੀ ਟੀਮ ਹੈ ਉੱਥੇ ਸਾਰੀ ਪਹੁੰਚ ਗਈ ਸੀ ਮੌਕੇ ਤੇ ਔਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਮਿਹਨਤ ਕੀਤੀ ਤੇ ਜੋ ਵੀ ਸੀ ਰਿਜ਼ਲਟ ਮਿਲਿਆ। ਪਰ ਇਹ 'ਚ ਸਾਡੇ ਵੀਰ ਮੈਂ ਦੇਖਦੇ ਹਾਂ ਅਕਸਰ ਮਾਰਕੀਟ 'ਚ ਕੁਛ ਪ੍ਰੋਡਕਟ ਜਿਹੜੇ ਪ੍ਰਚਲਿਤ ਨੇ ਜਿਵੇਂ ਆਮ ਤੌਰ ਤੇ ਅਸੀਂ ਅੱਖਾਂ ਵਿੱਚ ਕੇ ਬਹੁਤ ਵਾਰੀ ਤਾਂ ਐਟਰੋਪੀਨ ਅਸੀਂ ਲਾ ਦਿੰਦੇ ਹਾਂ। ਬਹੁਤ ਵਾਰੀ ਐਟਰੋਪੀਨ ਲਾ ਦਿਓ ਕੋਈ ਵੀ ਜ਼ਹਿਰ ਅੱਖਾਂ ਵਿੱਚ ਕੇ ਐਟਰੋਪੀਨ ਲਾ ਦਈਏ ਐਟਰੋਪੀਨ ਇਹਦਾ ਐਂਟੀਡੋਟ ਨਹੀਂ ਹੈਗਾ ਐਟਰੋਪੀਨ ਇਹ 'ਚ ਕੰਮ ਨਹੀਂ ਕਰਦੀ ਹੈਗੀ। ਦੂਜੇ ਨੰਬਰ ਤੇ ਅਸੀਂ ਕਈ ਵਾਰੀ ਚਾਰਕੋਲ ਜਾਂ ਚਾਰਕੋਲ ਵਾਲੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਮਾਰਕੀਟ 'ਚ ਆਉਂਦੇ ਆ ਉਹ ਅਸੀਂ ਪਿਆਉਣਾ ਸ਼ੁਰੂ ਕਰ ਦਿੰਦੇ ਹਾਂ। ਜਿਹੜੇ ਚਾਰਕੋਲ ਵਾਲੇ ਪ੍ਰੋਡਕਟ ਨੇ ਉਹ ਨਾਈਟ੍ਰੇਟ ਦੇ ਜ਼ਹਿਰ ਨੂੰ ਨਹੀਂ ਚੂਸ ਸਕਦੇ ਇਸ ਕਰਕੇ ਉੱਥੇ ਵੀ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਪਸ਼ੂ ਜਿਹੜੇ ਹੈਗੇ ਉਹ ਇਕੱਠੇ ਬਿਮਾਰ ਹੋਏ ਹੁੰਦੇ ਆ ਔਰ ਆਲਰੇਡੀ ਖਰਚਾ ਬੜਾ ਹੋਇਆ ਹੁੰਦਾ। ਜਿਹੜੀ ਮਿਥਿਲਿਨ ਬਲੂ ਹੈ ਉਹ ਤੁਸੀਂ ਆਪਣੇ ਮਾਹਰ ਦੀ ਸਲਾਹ ਨਾਲ ਤੁਹਾਡਾ ਮਾਹਰ ਪਸ਼ੂ ਦੇ ਵਜਨ ਮੁਤਾਬਕ ਤੇ ਪਸ਼ੂ ਦਾ ਜਿੰਨਾ ਜ਼ਹਿਰਵਾਦ ਦੀ ਸਥਿਤੀ ਹੈ ਜਿੰਨਾ ਜ਼ਹਿਰਵਾਦ ਹੋਇਆ ਉਸ ਹਿਸਾਬ ਨਾਲ ਤੁਹਾਡਾ ਮਾਹਰ ਇਹ ਫੈਸਲਾ ਕਰੇਗਾ ਵੀ ਇਹ ਕਿੰਨੀ ਲਾਉਣੀ ਹੈ। ਔਰ ਮਿਥਿਲਿਨ ਬਲੂ ਜਿਹੜੀ ਹੈਗੀ ਇਹਦਾ ਸਹੀ ਐਂਟੀਡੋਟ ਹੈ ਪਰ ਇਹਦੀ ਸਹੀ ਪਹਿਚਾਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਅੱਜ ਆਪਾਂ ਜਿਹੜੀ ਗੱਲਬਾਤ ਕੀਤੀ ਹੈ ਜੇ ਆਪਾਂ ਉਹਨੂੰ ਇੱਕ ਤਰ੍ਹਾਂ ਨਾਲ ਉਹਦਾ ਸਾਰਾਂਸ਼ ਕੱਢੀਏ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਪੱਠਿਆਂ ਦੇ ਵਿੱਚ ਯੂਰੀਆ ਦੀ ਜਾਂ ਦੇਸੀ ਰੂੜੀ ਦੀ ਅੰਧਾ ਧੁੰਦ ਵਰਤੋਂ ਨਾ ਕਰੋ। ਫਾਰਮ ਦੇ ਵਿੱਚੋਂ ਪਸ਼ੂਆਂ ਦਾ ਜਿਹੜਾ ਪਿਸ਼ਾਬ ਹੈ ਉਹਦਾ ਨਿਕਾਸ ਸਿੱਧਾ ਖੇਤਾਂ ਵਿੱਚ ਨਾ ਹੋਵੇ। ਇਹਦੇ ਨਾਲ ਵੀ ਨਾਈਟ੍ਰੋਜਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਖੇਤਾਂ ਦੇ ਵਿੱਚ ਨਾਈਟ੍ਰੇਟ ਕੰਟੈਂਟ ਬਹੁਤ ਜ਼ਿਆਦਾ ਵੱਧ ਜਾਂਦਾ। ਸੀਵਰੇਜ ਦਾ ਪਾਣੀ ਕਿਸੇ ਪਾਸਿਓਂ ਵੀ ਖੇਤਾਂ ਦੇ ਵਿੱਚ ਨਾ ਲੱਗੇ। ਰੈਗੂਲਰਲੀ ਲਗਾਤਾਰ ਚਾਰਾ ਮਾਹਰ ਦੀ ਸਲਾਹ ਨਾਲ ਪੱਠਿਆਂ ਨੂੰ ਪਾਣੀ ਲਾਉਂਦੇ ਰਹੋ। ਜੇ ਜ਼ਿਆਦਾ ਸਮਾਂ ਪਾਣੀ ਨਹੀਂ ਲੱਗੇਗਾ ਪੱਠਿਆਂ ਨੂੰ ਤਾਂ ਇਹ ਸਮੱਸਿਆ ਆਏਗੀ। ਔਰ ਖਾਸ ਕਰਕੇ ਜਿਹੜੇ ਪੱਠੇ ਤੁਹਾਡੇ ਜਿਨ੍ਹਾਂ ਦੀ ਉਚਾਈ 1 ਮੀਟਰ ਤੋਂ ਘੱਟ ਹੈ ਉਹਨਾਂ 'ਚ ਜ਼ਹਿਰਵਾਦ ਬਹੁਤ ਜ਼ਿਆਦਾ ਹੁੰਦਾ। ਅਸੀਂ ਆਮ ਤੌਰ 'ਤੇ ਇਹਨੂੰ ਕੱਚੇ ਪੱਠੇ ਕਹਿ ਦਿੰਦੇ ਹਾਂ। ਆਮ ਤੌਰ 'ਤੇ ਮੱਕੀ ਵੀ ਜਿਹੜੀ ਹੁੰਦੀ ਹੈ ਜਦੋਂ ਅਸੀਂ 1 ਮੀਟਰ ਤੋਂ ਉੱਪਰ ਜਿਹੜੀ ਉਚਾਈ ਹੁੰਦੀ ਹੈ ਉਹਦੀ ਕੱਟ ਕੇ ਪਾਉਣੀ ਚਾਹੀਦੀ ਹੈ। ਨਹੀਂ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਦੇਖਿਆ ਬਹੁਤ ਸਾਰੇ ਅਸੀਂ ਸੈਂਪਲ ਟੈਸਟ ਕੀਤੇ ਪਿਛਲੇ ਦਿਨਾਂ ਦੇ ਵਿੱਚ ਔਰ ਉਹ 'ਚ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜਾ ਹੈਗਾ ਜਿਹੜੀ ਹੈਗੀ ਇਹ ਜ਼ਹਿਰਵਾਦ ਬਹੁਤ ਜ਼ਿਆਦਾ ਆਇਆ। ਔਰ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੇ ਪੱਠੇ ਹੈਗੇ ਜੇ ਤੁਸੀਂ ਟਰਾਲ ਤੋਂ ਲੈਂਦੇ ਹੋ ਤਾਂ ਤੁਸੀਂ ਪੱਠਿਆਂ ਦਾ ਇੱਕ ਵਾਰੀ ਜਿਹੜਾ ਤੁਹਾਡਾ ਨੇੜੇ ਦਾ ਪੋਲੀਕਲੀਨਿਕ ਹੈ ਵੈਟਨਰੀ ਪੋਲੀਕਲੀਨਿਕ ਜਿਹੜਾ ਹੈਗਾ ਜਿਵੇਂ ਸਾਡੇ ਪਟਿਆਲੇ ਵੀ ਹਰ ਜ਼ਿਲ੍ਹੇ 'ਚ ਪੋਲੀਕਲੀਨਿਕ ਨੇ ਸਾਡੇ ਉੱਥੋਂ ਦੇ ਜਿਹੜੇ ਪੈਥੋਲੋਜਿਸਟ ਹੈਗੇ ਜਿਹੜੀ ਲੈਬੋਰਟਰੀ ਹੈਗੀ ਉੱਥੋਂ ਪੱਠਿਆਂ ਦਾ ਟੈਸਟ ਕਰਵਾਉਂਦੇ ਰਹੋ। ਜਲੰਧਰ ਦੇ ਵਿੱਚ ਸਾਡੀ ਵੱਡੀ ਪ੍ਰਯੋਗਸ਼ਾਲਾ ਵੀ ਹੈਗੀ ਜਿਹੜੀ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬੋਰਟਰੀ ਹੈ ਔਰ ਲੁਧਿਆਣੇ ਸਾਡੀ ਜਿਹੜੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਹੈ
ਉੱਥੋਂ ਵੀ ਤੁਸੀਂ ਟੈਸਟ ਕਰਾ ਸਕਦੇ ਹੋ। ਸੋ ਇਹ ਚ ਕੀ ਹੁੰਦਾ, ਦੇਖੋ ਪੋਜੀਸ਼ਨ ਬਹੁਤ ਖਤਰਨਾਕ ਹੋ ਜਾਂਦੀ ਹੈ, ਪਸ਼ੂ ਧਨ ਬਹੁਤ ਮਹਿੰਗਾ ਹੈ, ਔਰ ਜਦੋਂ ਚਾਰੇ ਦੀ ਪੋਇਜ਼ਨਿੰਗ ਹੋ ਜਾਂਦੀ ਹੈ, ਇੱਦਾਂ ਜ਼ਹਿਰਵਾਦ ਹੋ ਜਾਂਦਾ ਹੈ, ਤਾਂ ਨੁਕਸਾਨ ਤੁਰੰਤ ਬਹੁਤ ਜ਼ਿਆਦਾ ਹੋ ਸਕਦਾ, ਜਿਵੇਂ ਕਿ ਬਹੁਤ ਵਾਰੀ ਤੁਸੀਂ ਵੀ ਦੇਖਿਆ ਸੁਣਿਆ ਆਪਾਂ ਆਲੇ ਦੁਆਲੇ। ਸੋ ਇਸ ਕਰਕੇ ਮੈਂ ਪਹਿਲੀ ਗੱਲ ਸਾਰਿਆਂ ਨੂੰ ਇਹੀ ਕਹੂੰਗਾ ਵੀ ਦੇਖੋ ਹੁਣ ਸਮਾਂ ਆ ਗਿਆ ਵੀ ਜਿਹੜਾ ਕੁਦਰਤ ਨਾਲ ਅਸੀਂ ਕੁਦਰਤੀ ਸੋਮਿਆਂ ਨਾਲ ਜਿਹੜੀ ਅਸੀਂ ਉਹ ਕਰ ਰਹੇ ਹਾਂ ਛੇੜਛਾੜ, ਇਹ ਕਿਤੇ ਨਾ ਕਿਤੇ ਸਾਰਾ ਉਹਦਾ ਨਤੀਜਾ ਹੈਗਾ। ਜਿਹੜੇ ਕੁਦਰਤੀ ਸੋਮੇ ਹੈ ਸਾਨੂੰ ਉਹਨਾਂ ਦੀ ਵਰਤੋਂ ਜਿਹੜੀ ਹੈਗੀ ਸੰਜਮਨਾ ਕਰਨੀ ਚਾਹੀਦੀ ਹੈ। ਜਿਹੜੇ ਇਹ ਖਾਦਾਂ ਹੈਗੀਆਂ, ਭਾਵੇਂ ਦੇਸੀ ਖਾਦ ਹੈ ਭਾਵੇਂ ਯੂਰੀਆ, ਇਹਦੀ ਵਰਤੋਂ ਸੰਜਮਨਾ ਕਰਨੀ ਚਾਹੀਦੀ ਹੈ, ਮਾਹਰਾਂ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ। ਜ਼ਮੀਨਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੀ ਪੀਐਚ ਜ਼ਿਆਦੇ ਹੈ ਉੱਥੇ ਵੀ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ। ਸੋ ਇਸ ਕਰਕੇ ਜ਼ਮੀਨ ਦਾ ਸੈਂਪਲ ਜਿਹੜਾ ਮਿੱਟੀ ਦਾ ਸੈਂਪਲ ਹੈ ਉਹ ਵੀ ਤੁਸੀਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ, ਮਤਲਬ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਡੇ ਜਿਹੜੇ ਹੈਗੇ ਖੇਤੀ ਵਿਗਿਆਨੀ ਹੈਗੇ ਉਹਨਾਂ ਦੀ ਮਾਹਰਾਂ ਨਾਲ ਚੈੱਕ ਕਰਾ ਸਕਦੇ ਹੋ। ਆਪਣੇ ਪੰਜਾਬ ਦੇ ਵਿੱਚ ਹੁਣ KVK ਜਿਹੜੇ ਹੈਗੇ ਕ੍ਰਿਸ਼ੀ ਵਿਗਿਆਨ ਕੇਂਦਰ ਬਹੁਤ ਸਾਰੇ ਖੁੱਲ੍ਹ ਗਏ ਹੈ, ਉੱਥੋਂ ਵੀ ਤੁਸੀਂ ਉਹਨਾਂ ਦੀ ਮਦਦ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਚੈੱਕ ਕਰਵਾ ਸਕਦੇ ਹੋ। ਦੇਖੋ ਇਹਦੇ ਵਿੱਚ ਕੀ ਹੁੰਦਾ, ਕਿਉਂਕਿ ਪਸ਼ੂ ਧਨ ਬਹੁਤ ਕੀਮਤੀ ਹੈ ਔਰ ਸਮਾਂ ਬੜਾ ਉਹ ਚੱਲ ਰਿਹਾ ਹੈਗਾ, ਖਤਰਨਾਕ ਚੱਲ ਰਿਹਾ ਕੋਰੋਨਾ ਕਰਕੇ, ਆਲਰੇਡੀ ਜਿਹੜੀ ਸਾਡੀ ਹੈਗੀ ਪਸ਼ੂ ਧਨ ਦੇ ਹੋਰ ਬਹੁਤ ਸਾਰੇ ਖਤਰੇ ਮੰਡਰਾ ਰਹੇ ਹੈ। ਸੋ ਮੈਂ ਇਹੀ ਕਹੂੰਗਾ ਇਹਦੇ ਬਾਰੇ ਧਿਆਨ ਰੱਖੋ। ਬਾਕੀ ਕੋਈ ਵੀ ਸਮੱਸਿਆ ਹੈ, ਕੋਈ ਵੀ ਸਵਾਲ ਹੈ ਤਾਂ ਤੁਸੀਂ ਨੇੜੇ ਦੇ ਚਾਰਾ ਮਾਹਰ ਨਾਲ, ਗੁਰੂ ਅੰਗਦ ਦੇਵ ਯੂਨੀਵਰਸਿਟੀ ਨਾਲ, ਜਾਂ ਪਸ਼ੂ ਪਾਲਣ ਵਿਭਾਗ ਦਾ ਜਿਹੜੀ ਪਸ਼ੂ ਸੰਸਥਾ ਤੁਹਾਡੇ ਨੇੜੇ ਉਹਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਗਲਘੋਟੂ ਦੀ ਵੈਕਸੀਨ ਹੈ, ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਅੱਗੇ ਬਰਸਾਤਾਂ ਸ਼ੁਰੂ ਹੋਈ ਨੇ, ਬਰਸਾਤਾਂ ਤੋਂ ਪਹਿਲਾਂ ਤੁਸੀਂ ਹੈਗੀ ਜਿਹੜੀ ਕੀੜਿਆਂ ਦੀ ਦਵਾਈ ਦੇ ਕੇ ਗਲਘੋਟੂ ਦੀ ਜਿਹੜੀ ਵੈਕਸੀਨ ਹੈ ਉਹ ਲਗਵਾ ਲੈਣੀ ਹੈ। ਬਾਕੀ ਚਿੱਚਰਾਂ ਬਾਰੇ, ਮੱਖੀਆਂ ਮੱਛਰਾਂ ਬਾਰੇ ਮੇਰੀ ਪੁਰਾਣੀ ਜਿਹੜੀ ਵੀਡੀਓ ਹੈਗੀ, ਪਿਛਲੇ ਸਾਲ ਦੀ ਵੀਡੀਓ ਇਸ ਚੈਨਲ ਤੇ ਉਪਲਬਧ ਹੈ। ਜਿਹੜਾ ਇਹ ਚੈਨਲ ਹੈ ਇਹ ਪਸ਼ੂ ਪਾਲਕਾਂ ਦੀ ਸੇਵਾ ਵਾਸਤੇ ਬਣਾਇਆ ਹੋਇਆ, ਤੁਸੀਂ ਇਸ ਚੈਨਲ ਨੂੰ ਲਾਈਕ ਕਰ ਸਕਦੇ ਹੋ, ਵੀਡੀਓ ਲਾਈਕ ਕਰ ਸਕਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਦਾ ਬਟਨ ਦਬਾ ਕੇ ਜਿਹੜਾ ਹੈਗਾ ਨੋਟੀਫਿਕੇਸ਼ਨ ਆਨ ਕਰੋ, ਔਰ ਜਿਹੜੇ ਵੀਡੀਓ ਤੁਹਾਨੂੰ ਚੰਗੇ ਲੱਗਦੇ ਹੈ ਉਹ ਤੁਸੀਂ ਦੂਜਿਆਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਸੋ ਠੀਕ ਹੈ ਜੀ, ਅੱਜ ਦਾ ਵਿਸ਼ਾ ਇੰਨਾ ਹੀ ਸੀ ਆਪਣਾ, ਅਗਲੇ ਵਾਰੀ ਆਪਾਂ ਇੱਕ ਨਵੇਂ ਵਿਸ਼ੇ ਨਾਲ ਗੱਲਬਾਤ ਕਰਾਂਗੇ। ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।